ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਦੇ ਸਮੇਂ ਦੇ ਵਿੱਚ ਜਿੱਥੇ ਸਮਾਜਿਕ ਰਿਸ਼ਤੇ ਤਰ ਤਰ ਹੋਏ ਨੇ, ਉੱਥੇ ਕੁਝ ਲੋਕ ਆਪਣੇ ਕੁਝ ਨਿੱਜੀ ਮਫਾਦਾਂ ਕਰਕੇ, ਆਪਣੇ ਥੋੜ੍ਹੇ ਜਿਹੇ ਪੈਸਿਆਂ ਦੇ ਲਾਲਚ ਕਰਕੇ ਦੂਜੇ ਦੀ ਜ਼ਿੰਦਗੀ ਦੇ ਨਾਲ ਕਿਸ ਤਰ੍ਹਾਂ ਖਿਲਵਾੜ ਕਰਦੇ ਨੇ, ਇਸ ਦੀ ਜਿਉਂਦੀ ਜਾਗਦੀ ਗਵਾਹੀ ਭਰਦੀ ਇੱਕ ਵੀਡੀਓ ਅੱਜ ਤੁਹਾਡੇ ਸਾਹਮਣੇ ਰੱਖ ਰਹੇ ਹਾਂ, ਜਿੱਥੇ ਕਿ ਇੱਕ ਬੱਚਾ ਜੋ ਕਿ ਬਹੁਤ ਛੋਟੀ ਉਮਰ ਦਾ ਹੈ, ਕਿਸ ਤਰ੍ਹਾਂ ਆਪਣੀ ਮਾਂ ਨੂੰ ਲੰਮੇ ਅਰਸੇ ਬਾਅਦ ਮਿਲਦਾ ਹੈ। ਅਤੇ ਇਸ ਦਾ ਕਾਰਨ ਇਹ ਨਹੀਂ ਹੁੰਦਾ ਕਿ ਇਸ ਨੇ ਮਾਂ ਨੇ ਇਸ ਬੱਚੇ ਨੂੰ ਕਿਤੇ ਉਸਦੀ ਜ਼ਿੰਦਗੀ ਬਣਾਉਣ ਦੇ ਲਈ, ਭਵਿੱਖ ਬਣਾਉਣ ਦੇ ਲਈ ਭੇਜਿਆ ਜਾਂਦਾ ਹੁੰਦਾ, ਬਲਕਿ ਇੱਕ ਪਰਿਵਾਰ ਵੱਲੋਂ ਆਪਣੇ ਘਰ ਦੇ ਕੰਮ ਕਰਾਉਂਦੇ ਹੋਏ ਉਸ ਨੂੰ ਬੰਧੂਆ ਮਜ਼ਦੂਰ ਤੱਕ ਰੱਖਿਆ ਗਿਆ ਹੁੰਦਾ, ਜਿੱਥੇ ਕਿ ਤੇਰਾ ਆਸਰਾ ਸੇਵਾ ਸੁਸਾਇਟੀ ਪਿੰਡ ਬੱਲਾ ਵੱਲੋਂ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਇਸ ਬੱਚੇ ਨੂੰ ਰੈਸਕਿਊ ਕੀਤਾ ਜਾਂਦਾ। ਦੱਸ ਦਈਏ ਕਿ ਇਸ ਵੀਰ ਵਰਗੇ ਹੋਰ ਅਨੇਕਾਂ ਅਜਿਹੇ ਵੀਰ ਨੇ ਜਿਹੜੇ ਇਸ ਤਰ੍ਹਾਂ ਦਬਲੇ ਕੁਚਲਿਆਂ ਦੀ ਅਤੇ ਬੇਸਹਾਰਿਆਂ ਦੀ ਮਦਦ ਕਰਦੇ ਨੇ ਅਤੇ ਆਪਣੀ ਜਾਨ ਤੱਕ ਦੀ ਪਰਵਾਹ ਨਹੀਂ ਕਰਦੇ। ਸੋ ਅਜਿਹੇ ਵੀਰਾਂ ਦੀ ਸੇਵਾ ਨੂੰ ਇੱਕ ਸਲਿਊਟ ਤਾਂ ਬਣਦਾ ਹੈ। ਸੋ ਦੋਸਤੋ, ਆਓ ਤੁਹਾਡੇ ਸਾਹਮਣੇ ਪੂਰੀ ਕਹਾਣੀ ਰੱਖਦੇ ਹਾਂ ਅਤੇ ਤੁਹਾਨੂੰ ਕੀ ਲੱਗਦਾ ਇਸ ਮਾਮਲੇ ਦੇ ਵਿੱਚ, ਜਿਸ ਪਰਿਵਾਰ ਨੇ ਇਸ ਬੱਚੇ ਦੀ ਜ਼ਿੰਦਗੀ ਦੇ ਨਾਲ ਇਸ ਤਰ੍ਹਾਂ ਕੀਤਾ ਉਹਨਾਂ ਨੂੰ ਕਿਸ ਤਰ੍ਹਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ, ਕਿ ਉਹਨਾਂ ਦੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਫਿਰ ਨਹੀਂ, ਜਾਂ ਯੈਸ ਜਾਂ ਨੋ ਦੇ ਵਿੱਚ ਤੁਸੀਂ ਆਪਣੀ ਰਾਏ ਪ੍ਰਗਟ ਕਰ ਸਕਦੇ ਹੋ ਕਮੈਂਟਾਂ ਦੇ ਵਿੱਚ। ਆਓ ਦੇਖੋ ਇਹ ਪੂਰੀ ਵੀਡੀਓ। ਤੁਸੀਂ ਦੇ ਸਕਦੇ ਹੋ ਇਦਾਂ ਹੀ ਸਾਰਾ ਦਿਨ ਇਹਨੇ ਗੋਹਾ ਚੁੱਕਣਾ, ਜਿਹੜੀਆਂ ਕਿ ਗੁਪਤ ਤਰੀਕੇ ਨਾਲ ਸਾਨੂੰ ਵੀਡੀਓ ਭੇਜੀਆਂ ਗਈਆਂ। ਸੋ ਮਾਂ ਦੇ ਥਰੂ ਪੁੱਛਦੇ ਜਾ ਰਹੇ ਆ ਜੀ ਗੌਰਵ ਵੱਲੋਂ। ਠੀਕ ਆ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਤੁਹਾਡਾ ਧੰਨਵਾਦ, ਬਹੁਤ ਬਹੁਤ ਧੰਨਵਾਦ ਤੁਹਾਡਾ। ਹਾਂਜੀ ਹਾਂਜੀ, ਇਹਨਾਂ ਨੇ ਕੀਤੀ ਮਿਹਨਤ। ਆਜੋ ਭੈਣੇ, ਆਜੋ ਆਜੋ। ਸੋ ਮਾਂ ਦੇ ਥਰੂ ਪੁੱਛੇ ਜਾ ਰਹੇ ਆ ਜੀ ਗੌਰਵ ਵੱਲੋਂ। ਦੁਬਾਰੇ ਗੁਰੂ ਚੁੱਪ ਕਰਾ ਯਾਰ ਮਾਂ ਨੂੰ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਹਮੇਸ਼ਾ ਸਰਬੱਤ ਦਾ ਭਲਾ ਕਰੇ ਜੀ। 11 ਮਹੀਨੇ ਹਨਾ, ਅਕਤੂਬਰ ਚ ਗਵਾਚਾ। ਹੁਣ ਖੁਸ਼ ਆ ਮਾਂ ਮਿਲ ਗਈ ਤੇਰੀ? ਖੁਸ਼ ਆ? ਮੈਂ ਤੇ ਇਧਰੋਂ ਸੋਚਦਾ ਮਾਮਾ ਕੋ ਮਿਲ ਜਾਊਂਗਾ। ਸੋ ਇੱਕ ਮਾਂ ਤੇ ਪੁੱਤ ਦਾ ਮਿਲਾਪ ਤੁਸੀਂ ਦੇਖ ਰਹੇ ਹੋ। 11 ਮਹੀਨਿਆਂ ਬਾਅਦ ਇੱਕ FIR ਵੀ ਕੱਟੀ ਗਈ ਹੈ ਜੀ ਅੰਮ੍ਰਿਤਸਰ ਮਜੀਠਾ ਰੋਡ ਗੁਰੂ ਨਾਨਕ ਹੋਸਪਿਟਲ ਦੇ ਥਾਣੇ ਦੇ ਅੰਦਰ, ਜਦੋਂ ਇਹ ਬੱਚਾ ਅੱਜ ਤੋਂ 11 ਮਹੀਨੇ ਪਹਿਲਾਂ ਗਵਾਚਦਾ, ਯਾਨੀ ਕਿ ਅਕਤੂਬਰ ਦੇ ਵਿੱਚ ਗਵਾਚਦਾ, ਸਾਲ ਹੋਣ ਵਾਲਾ ਜੀ, ਅਕਤੂਬਰ ਦੇ ਵਿੱਚ ਸਾਲ ਹੋ ਜਾਣਾ, ਇਹ 9ਵਾਂ ਮਹੀਨਾ ਚੱਲਣ ਡਿਆ ਜੀ। ਸੋ ਸ਼ਾਇਦ ਉਹ ਜਿਹੜੀਆਂ ਮੁੰਡਾ ਬੜਾ ਸ਼ੇਰ ਹੈਗਾ ਤੇਰਾ, ਮੁੰਡਾ ਤੇਜ਼ ਆ, ਮੁੰਡਾ ਤੇ
ਸ਼ਾਇਦ ਉਹ ਦੁਆਵਾਂ ਉਹ ਅਸੀਸਾਂ ਪੈਸੇ ਨਾਲ ਨਹੀਂ ਮਿਲਣੀਆਂ ਜੀ, ਜਿਹੜੀਆਂ ਇੱਦਾਂ ਵਿਛੜਿਆਂ ਨੂੰ ਮਿਲਾ ਕੇ ਮਿਲਦੀਆਂ, ਅਤੇ ਵਿਛੜਿਆਂ ਨੂੰ ਮਨਾਉਣ ਵਾਲੀਆਂ ਜਿਹੜੀਆਂ ਰੂਹਾਂ ਹੁੰਦੀਆਂ ਨੇ ਉਹ ਮਹਾਨ ਹੁੰਦੀਆਂ ਨੇ। ਇਹ ਸਾਡੇ ਵੀਰ ਜੀ ਨੇ ਰਾਜਪੁਰੇ ਤੋਂ, ਜਿਨ੍ਹਾਂ ਨੇ ਵੀਡੀਓ ਦੇਖ ਕੇ ਬੱਚੇ ਦੀ ਫੋਟੋ ਮੰਗਾ ਕੇ ਸਾਡੇ ਕੋਲੋਂ, ਅਤੇ ਜਿੱਥੇ ਸਕੂਲ ਦਾ ਐਡਰੈਸ ਦੱਸਦਾ ਸੀ ਉੱਥੇ ਲੋਕਾਂ ਦੇ ਬੂਹੇ ਖੜਕਾ ਖੜਕਾ ਕੇ ਇਹਨਾਂ ਵੀਰ ਜੀ ਹੁਣਾਂ ਨੇ ਇਹਦਾ ਘਰ ਪਰਿਵਾਰ ਲੱਭਿਆ ਜੀ। ਕਿੰਨਾ ਵੀਰ ਜੀ ਆਪਣਾ ਪੂਰਾ ਜੀ? ਪਰਮਜੀਤ ਸਿੰਘ ਜੀ। ਪਰਮਜੀਤ ਸਿੰਘ, ਹਾਂਜੀ, ਸਾਨੂੰ ਸਰਦਾਰ ਗੁਰਮੁਖ ਸਿੰਘ, ਪਿੰਡ ਜੰਡੋਲੀ ਹੈ ਜੀ ਆਪਣਾ। ਠੀਕ ਹੈ ਜੀ, ਕੀ ਮਹਿਸੂਸ ਹੋਇਆ ਅੱਜ ਖੁਸ਼ੀਆਂ ਪ੍ਰਾਪਤ ਕਰਕੇ? ਵੀਰ ਜੀ ਮਹਿਸੂਸ ਤਾਂ ਮੈਂ ਕਹਿੰਦਾ ਵੀ ਇਹੋ ਜਿਹੀਆਂ ਦੁਆਵਾਂ ਕਿਸੇ ਕਿਸੇ ਕਰਮਾਂ ਵਾਲੇ ਨੂੰ ਮਿਲਦੀਆਂ ਹੈ। ਆਪਾਂ ਧਨ ਦੌਲਤ ਪੈਸਾ ਪੈਸੇ ਨਾਲ ਹਰੇਕ ਚੀਜ਼ ਖਰੀਦ ਸਕਦੇ ਹਾਂ, ਪਰ ਇਹ ਜੋ ਅੱਜ ਚੀਜ਼ਾਂ ਖਰੀਦੀਆਂ ਉਹ ਮੈਂ ਜਾਣਦਾ ਜਾਂ ਮੇਰਾ ਪਰਮਾਤਮਾ ਜਾਣਦਾ ਜੀ। ਸੋ ਜਿਹਨੇ ਰੱਖਿਆ ਵਾ ਉਹਦਾ ਆਪਦਾ ਵੀ ਇੱਕ ਛੋਟਾ ਬੱਚਾ ਭੈਣ ਸਾਡੀ ਦਾ, ਪਤਾ ਨਹੀਂ ਥੋੜਾ ਤੇ ਵੀ ਦਰਦ ਨਹੀਂ ਆਇਆ ਬੱਚੇ ਕੋ? ਚਲੋ ਅਸੀਂ ਮੰਨਦੇ ਆ ਕਿ ਇਨਸਾਨ ਇਨਸਾਨ ਤੋਂ ਮੈਂ ਭਾਜੀ ਨਾਲ ਨਫ਼ਰਤ ਕਰ ਸਕਦਾ, ਇਹਨਾਂ ਨਾਲ ਕਰ ਸਕਦਾ, ਵੱਡਿਆਂ ਨਾਲ ਕਰ ਸਕਦੇ ਆ ਆਪਾਂ, ਪਰ ਇੱਕ ਬੱਚੇ ਨਾਲ ਤਾਂ ਸਾਨੂੰ ਪਿਆਰ ਮੋਹ ਆ ਸਕਦਾ ਨਾ ਵੀਰ? ਅਗਰ ਉਨਕਾ ਬੱਚਾ ਹੋਤਾ ਐਸੇ ਕਰਤੇ ਵੀਰ ਕਭੀ ਨਹੀਂ ਕਰਤੇ, ਆਪਣੇ ਮੁੰਡੇ ਨਾਲ ਕੋਈ ਕਰੇਗਾ ਐਸਾ? ਆਪ ਇਨਸਾਨੀਅਤ ਇਤਨੀ ਬੜੀ ਕੀ ਹੈ, ਬਹੁਤ ਬਹੁਤ। ਆਪ ਆਪ ਉਨਕੋ ਕੋ ਸਜ਼ਾ ਦੇਣੀ ਚਾਹਤੇ ਹੋ? ਸਰ ਮੇਰਾ ਬੱਚਾ ਮਿਲ ਗਿਆ, ਇਸੇ ਬੜੇ ਰੱਬ ਸੇ ਔਰ ਕੋਈ ਦੁਆ ਨਹੀਂ, ਬਹੁਤ ਬਹੁਤ ਧੰਨਵਾਦ ਇਨ ਵੀਰ ਕਾ ਜੋ ਹਮਾਰੇ ਘਰ ਆਏ, ਰਾਤ ਦਿਨ ਇੱਕ ਕਰ ਦੀਏ, ਇਹਨੋਨੇ ਹਮਾਰੇ ਘਰ ਕਿਤਨੇ ਗੇੜੇ ਲਗਾਏ, ਇਨਕਾ ਰੱਬ ਭੇਜ ਦਿਆ ਸਮਝੋ ਹਮਾਰੇ ਬੱਚੇ ਕੇ ਲਈ। 11 ਮਹੀਨਾ ਹੋ ਗਿਆ, ਕੋਈ ਪਤਾ ਨਹੀਂ, ਕੋਈ ਕੁਛ ਨਹੀਂ, ਲੇਕਿਨ ਤੋ ਸੰਗਤ ਜੀ ਅੰਕਲ ਕੋ ਧੰਨਵਾਦ ਕਰੋ, ਅੰਕਲ ਨੇ ਸੰਜੋ ਤੁਮੇ ਮਿਲਾ ਸਾਰਿਆਂ ਨੂੰ ਤੇ ਆ ਗਿਆ ਨਾ। ਰੋ ਮਤ ਮਤ ਰੋ ਬੇਟਾ, ਨਹੀਂ ਰੋ ਨਹੀਂ ਰੋ ਅੰਕਲ ਨੇ ਹਮ ਬੱਚੇ ਦੀਆਂ ਅੱਖਾਂ ਦੇ ਵਿੱਚੋਂ ਡਿੱਗਦੇ ਹੋਏ ਗਲੇਡੂ ਉਸ ਗੱਲ ਦੀ ਗਵਾਹੀ ਭਰਦੇ ਆ ਕਿ ਬੱਚਾ ਉੱਥੇ ਕਿੰਨੀ ਤੰਗੀ ਦੇ ਵਿੱਚ ਹੋਊਗਾ। ਰੋਟੀ ਜਿਹੜੀ ਮਿਲਣੀ ਨਾ, ਰੋਟੀ ਕੋ ਮਸਲਾ ਨਹੀਂ ਹੈ ਜੀ, ਰੋਟੀ ਤਾਂ ਕਿਤੇ ਵੀ ਮਿਲ ਜੂਗੀ, ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਆ। ਥੋੜਾ ਚੁਕਨੇ ਵਾਲੇ ਵੀ ਕੋਈ ਵੀ ਆਪਣੇ ਬੱਚੋ ਕੋ ਰੋਟੀ ਖਿਲਾਏਗਾ? ਹਮ ਨਹੀਂ ਖਿਲਾਤੇ, ਸਹੀ ਬਾਤ ਹੈ, ਖਿਲਾ ਸਕਤੇ ਗੁਰਬ ਰੋਟੀ। ਇਹ ਦੁਆਵਾਂ ਜਿਹੜੀਆਂ ਅਸੀਂ ਖੱਟਦੇ ਆ, ਜਿਵੇਂ ਸਾਡੇ ਰਾਜਾ ਭਾਜੀ ਆ, ਇਹ ਵੀ ਸਾਡੇ ਇਸ ਪਰਿਵਾਰ ਦਾ ਬਹੁਤ ਵੱਡਾ ਹਿੱਸਾ ਨੇ, ਪਰ ਇਹ ਦੁਆਵਾਂ ਸ਼ਾਇਦ ਜਿਹੜੀ ਸਾਨੂੰ ਆ ਖੁਸ਼ੀ ਮਿਲੀ ਆ ਨਾ, ਇਹ ਅਸੀਂ ਲੱਖਾਂ ਕਰੋੜਾਂ ਰੁਪਈਆ ਵੀ ਰੋਡ ਦੀਏ ਸਾਨੂੰ ਨਹੀਂ ਮਿਲਣੀ। ਕਈ ਲੋਕ ਸਾਨੂੰ ਫੇਸ ਟੂ ਫੇਸ ਵੀ ਪੁੱਛ ਲੈਂਦੇ, ਕਈ ਕਈ ਮੈਨੂੰ ਪਿੰਡ ਦੇ ਵੀਰ ਵੀ ਬਜ਼ੁਰਗ ਪੁੱਛ ਲੈਂਦੇ, ਪੁੱਤ ਕੁਝ ਬਚਦਾ ਵੀ ਹੈਗਾ ਈ? ਇਹਦੇ ਵਿੱਚ ਕੁਝ ਬਚਦਾ ਤੈਨੂੰ? ਉਹਨਾਂ ਨੂੰ ਕੀ ਦੱਸੀਏ ਕਿ ਸਾਨੂੰ ਕੀ ਬਚਦਾ ਦਾ ਸਕੂਨ? ਇਹ ਚੀਜ਼ਾਂ ਪੈਸੇ ਨਾਲ ਵੀ ਨਹੀਂ ਖਰੀਦੀਆਂ ਜਾ ਸਕਦੀਆਂ। ਕਹਿ ਰਿਹਾ ਕਿ ਬੋਲ ਰਹੇ ਤੇ ਤੁਹਾਡੀ ਮਾਂ ਮਰ ਗਈ ਹੈ, ਮੈਂ ਕੈਸੇ ਝੂਠ ਬੋਲੀ, ਮੇਰੀ ਵੀ ਤਾਂ ਮਾਂ ਜਿੰਦੀ ਹੈ। ਇਦਾਂ ਬੱਚਿਆਂ ਨੂੰ ਸਿਖਾ ਦਿੰਦੇ ਕਿ ਤੇਰੇ ਤੁਹਾਡੇ ਮਾਂ ਪਿਓ ਮਰ ਗਏ ਆ? ਚੁੱਪ ਜਾ ਬੇਟਾ, ਆਪਣੀ ਮਾਸੀ ਕੋਲ ਕਿਤਨੇ ਦੇਰ ਤੋਂ ਰਹਿ ਰਿਹਾ? 3 ਸਾਲ ਹੋ ਗਿਆ। 3 ਸਾਲ ਇਹਦੀ ਦਵਾਈ ਕਿਹੜੀ ਚੱਲ ਰਹੀ ਆ? ਇੱਕ ਵਾਰ ਨਗਰ ਕੀਰਤਨ ਮੈਂ ਘੁੰਮਣੇ ਚਲਾ ਗਿਆ ਥਾ, ਠੀਕ ਹੈ, ਤੋ ਯੇ ਫੱਟੇ ਸੇ ਗਿਰ ਗਿਆ, ਮੈਂ ਤਾਂ ਡਿਊਟੀ ਕਰਤੀ ਹੂੰ ਹਮਾਰੇ ਹਸਬੈਂਡ ਨੇ ਤੋ ਮੈਂ ਕਾਮ ਪੇ ਚਲੀ ਗਈ, ਤੂੰ ਵਹਾਂ ਸੇ ਆਈ ਤੇ ਸਭ ਮਾੜਾ ਸਭ ਉਖਾੜਤਾ, ਇੱਕ ਲੜਕੀ ਚੁੱਕ ਕੇ ਲਿਆਈ ਕਿਰੇ, ਇਸਕੋ ਕਿਸੀ ਨੇ ਡਿੰਗ ਦਿਆ, ਮੇਰੇ ਬੋਲਫ੍ਰੈਂਡ ਹੀ। ਫਿਰ ਮੈਂ ਦਵਾ ਦਿਲਾ ਕੇ ਆਰਾਮ ਰਾਸਤੇ ਪੇ ਦੇਖੀ ਤੋ ਇਹ ਇੱਕਦਮ ਲੰਤ ਹੋ ਗਿਆ, ਉੱਠ ਨਹੀਂ ਰਹਾ ਥਾ, ਮੈਂ ਰਾਜਪੁਰਾ ਮੈਂ ਸਰਕਾਰੀ ਮੈਂ ਲੈ ਗਈ, ਐਮਰਜੈਂਸੀ ਮੈਂ ਵਹਾਂ ਸੇ ਵੀ ਰੈਫਲ ਕਰ ਦਿਆ, ਫਿਰ ਬਚਨੇ ਕੀ ਕੋਈ ਉਮੀਦ ਨਹੀਂ ਥੀ। ਫਿਰ ਚੰਡੀਗੜ੍ਹ ਪੀਜੀਆਈ 32 ਮੈਂ 4 ਦਿਨ ਲੈ ਕੇ ਭਰਤੀ ਥੀ ਵੀਰ, 4 ਦਿਨ ਇਸਕੋ ਕੋਈ ਹੋਸ਼ ਨਹੀਂ ਆਇਆ,
फिर वो डॉक्टर ने दसा कि मतलब इसको किसी ने नशे की गोली दे दिया, इसलिए ज्यादा मात में दे दिया कि ये बंदा होश में ना आए। और नशे का उकड़ा, फिर ये 4 दिन तक होश में नहीं आया। चौथे दिन शाम को ये का होश आए तो फिर वैसे ही। आप कुर्सी दे दो गौरव ने, तुम दूजी दो गौरव होते बैठा ना जो। अच्छा फिर मेरा ये है ना, 4 दिन बाद इसको जब 5वें दिन होश आया था ना, फिर मेरी सिस्टर गई थी जो पता लगा उसके दूसरे दिन चली गई थी। वो बोली तू नहीं रख पाएगी, छोटा है, मैं रख लूंगी, दवाई पानी करूंगी। फिर मेरी दीदी बहुत अच्छी है, 7 साल हो गए मेरे हस्बैंड को पूरे हुए, उन्होंने बहुत मेरी मदद किया। हाँ, उनका कल फोन भी आया, बहुत कुछ किया। फिर ये लेके आगे यहाँ नाम लिखाए, पढ़ाई लिखाई यहीं रहता था, तो कोई गलत बहुत किया है। इसके चक्कर में रात दिन पड़ी रहती हूँ बिस्तर पर, 10 ड्यूटी करती हूँ, नहीं घर का खर्चा कैसे चल रहा हम ही जानते। फिर आपके 2 बेटे, 1 बेटी है, दूसरा बेटा कितने दिन का है? थोड़ा सा बड़ा है, इससे 2 साल बड़ा है, 1 साल। हाँ, 2 साल बड़ा। और बेटी? बेटी तो 15 साल की है। अच्छा, 15 साल। हाँ जी, बड़ी है वो। हाँ। तो आपके इसके पापा को क्या हुआ था? वो डेंगू का बुखार होते, बहुत छोटा था, 2.5 साल। बोला सांप लड़ गया है, बोला इसे पता क्या, भी रही इतना छोटा था। अच्छा, इसको पता नहीं है मेरा पापा? मतलब पता है इसको कि समझती, 2.5-3 साल का था, 3 साल का था। ठीक है, ठीक है। तो इसने अपने बाप को यही अग्नि दिया है, वो बड़ा वाला को डर लग रहा था, वो नहीं किया, इसने दिया था अपने बाप को चिता। अच्छा, बाप को अग्नि इसने दिया, बड़ा दलेर है ये। तो संगत जी, पता नहीं कितने 3 साल का है बच्चा सी, वड्डा बेटे ने अपने प्यो नु अग्नि भेंट नहीं कीती, इस बच्चे वालों अग्नि भेंट कीती गई सी गौरव वालों। उदों ये 3 साल का सी, दस रहे 2.5 तो 3 साल का, ते जदों इहदे पिता नु डेंगू दे कारण उस दुनिया 8 साल होने का वीर, 8 साल अगले महीने 8 साल हो जाएगा। तो मां ने देखो एक एक दिन गिणिया उंगलां ते, ओह कहिंदे साडे कोल 8 महीने, कोई कहिंदा इन्ने महीने, पर माँ ने गिने की 11 महीने। 20 अक्टूबर को गायब हुआ ये, सुबह 10 बजे का, ये सितंबर चल रहा है, ठीक है, 11 महीना हो गया, 11 महीने हो गया। एक एक दिन, एक पल महसूस किया मैंने, एक एक घंटे महसूस किया, पूरी पूरी रात सोया नहीं है। तो माँ ने तो पल संगत जी पोटिया ते गिने होने हैं, क्योंकि असी उस वीडियो च भी कहा कि माँ भावे ਭੁੱਖੇ ਢਿੱਡ ਬੱਚੇ ਨੂੰ ਲੈ ਕੇ ਫੁੱਟਪਾਥ 'ਤੇ ਵੀ ਬੈਠੀ ਆ ਨਾ, ਬੱਚਾ ਉਹਦੀ ਗੋਦੀ 'ਚ ਆ, ਪਰ ਸੁੱਖ ਤਾਂ ਹੈਗਾ ਮਾਂ ਦੀ ਗੋਦ 'ਚ ਤਾਂ ਹੈਗਾ। ਪਰ ਇਹ ਬੱਚੇ ਦਾ ਜਨਮ ਸਰਟੀਫਿਕੇਟ ਆ ਜੀ, ਅਤੇ ਕਿਉਂਕਿ ਸਾਰਾ ਜਿਹੜਾ ਵੈਰੀਫਾਈ ਵੀ ਕੀਤਾ ਜਾਂਦਾ, ਇਹਦੇ ਵਿੱਚ ਇਹ ਵੀ ਨਹੀਂ ਆ ਕਿ ਐਟੋਮੈਟਿਕ ਹੀ ਕਿਸੇ ਨੂੰ ਬੱਚੇ ਨੂੰ ਹੈਂਡ ਓਵਰ ਕਰ ਦਿੱਤਾ ਜਾਵੇ। ਅਤੇ ਇਹਦੀ ਮਾਂ ਦਾ ਆਧਾਰ ਕਾਰਡ ਹੈ ਸੰਗਤ ਜੀ, ਅਤੇ ਇਹ ਇਹਦੇ ਪਿਤਾ ਜੀ ਦਾ ਆ। ਕੀ ਨਾਂ ਤੇਰੇ ਪਿਤਾ ਦਾ? ਰਾਜੇਸ਼ ਕੁਮਾਰ। ਦੇਖ ਸਕਦੇ ਹੋ ਮਾਂ ਦਾ ਨਾਂ ਵੀ ਜਿਹੜਾ ਹੈ, ਇਹ ਮਾਸੀ ਦਾ ਹੈ। ਤੇਰੀ ਮਾਸੀ ਦਾ ਕੀ ਨਾਂ? ਆਸ਼ਾ। ਦੇਖ ਸਕਦੇ ਹੋ ਜੀ, ਕਿਉਂਕਿ ਨਾਮ ਹੀ ਮੈਚ ਕਰ ਰਹੇ ਨੇ ਪੂਰੇ। ਇਹ ਇਹਦੀ ਮਦਰ ਦਾ ਨਾਮ ਹੈ ਜੀ, ਆਧਾਰ ਕਾਰਡ ਹੈ। ਅਤੇ ਮੰਮੀ ਦਾ ਕੀ ਨਾਮ? ਰਾਮੇਸ਼ਵਰੀ ਦੇਵੀ। ਸੋ ਸਾਰੇ ਐਡਰੈਸ, ਸਾਰੇ ਪ੍ਰੂਫ ਜਿਹੜੇ ਆ ਜੀ, ਉਹ ਬਿਲਕੁਲ ਮੈਚ ਕਰ ਰਹੇ ਨੇ। ਬਾਕੀ ਅਕਾਲ ਪੁਰਖ ਦੀ ਅਪਾਰ ਕਿਰਪਾ। ਹੁਣ ਅੱਗੇ ਜਿਹੜਾ ਹੈਗਾ ਆ, ਜਿਹੜੀ ਉਸ ਬੱਚੇ ਦੀ ਕੁਛ ਮਿਹਨਤਾਨਾ ਤੈਅ ਹੋਇਆ ਆ ਜੀ, ਉਹਦੇ ਲਈ ਦੇਖਦੇ ਹਾਂ ਕਿ ਸਾਨੂੰ ਕਿੰਨੀ ਜਿਹੜੀ ਇੱਕ ਜਦੋਜਹਿਦ ਕਰਨੀ ਪੈਂਦੀ ਆ ਉਹਨਾਂ ਨੂੰ ਵੀ। ਰੱਬ ਦਾ ਪੈਣਾ, ਮੈਂ ਚੰਗੀ ਮਾੜੀ ਨਹੀਂ ਕਹੂੰ, ਮੈਨੂੰ ਆਪਣਾ ਤੀਜ ਯਾਦ ਹੁੰਦਾ ਵੇਖ ਕੇ। ਹੁਣ ਵੱਡੇ ਹੋਏ ਤੇ ਕਲੱਬ ਬਣਾਉਣ ਦਾ ਸਰੀਰ,
ਕਿੰਨੇ ਕਿੰਨੇ ਮੁੰਡਿਆਂ ਤੇ ਭਾਰੂ ਹੈਗਾ, ਇਕੱਲਾ ਹੀ ਲੋਹੇ ਦਾ ਕੰਮ ਕਰਨ ਵਾਲਾ ਸੀ। ਮੈਂ ਕਿਹਾ ਇਹਨਾਂ ਨੂੰ ਮੈਂ ਪਤਾ ਦੱਸੂਗਾ ਜਿੱਦਣ ਮੈਂ ਕੱਚ ਦੀਆਂ ਬੋਤਲਾਂ ਮਾਰੀਆਂ ਮੇਰੇ ਸਿਰ 'ਚ ਲੋਕਾਂ ਨੇ ਮਾਰ ਮਾਰ ਕੇ, ਉੱਧਰ ਨਵੇਂ ਮਕਾਨ 'ਚ ਬੁੱਧੀ ਇੱਟ ਮਾਰੀ ਦਿਮਾਗ 'ਚ ਫੇਰ। ਚੰਗੀ ਗੱਲ ਕਰੋ ਨਹੀਂ ਮਾੜਾ ਜਿਹਾ ਸਮਾਨ, ਕੋਈ ਨਹੀਂ ਜਿੰਨੇ ਮਾੜਾ ਕੀਤਾ ਆਪੇ ਭੁਗਤਣਾ, ਉੱਤੇ ਉੱਤੇ ਲੇਖਾ ਦੇਣਾ ਪੈਂਦਾ, ਦੇਣਾ ਪੈਂਦਾ ਇੱਥੇ ਨਾ ਕੁਛ ਹੋਊਗਾ ਉੱਥੇ ਤੇ ਲੇਖਾ ਦੇਣਾ ਪੈਣਾ, ਉੱਤੇ ਦੇਣਾ ਉੱਤੇ ਕਿੰਨੇ ਛਡੋਣਾ ਗਾ। ਤੂੰ ਅੱਧਾ ਵੀਰ ਉਹਨਾਂ ਨੂੰ ਖੁਸ਼ੀ ਨਾ ਮਿਲ, ਐਡੀ ਦੂਰੋਂ ਤੈਨੂੰ ਮਿਲਣ ਆਏ ਆ। ਮੇਰਾ ਵਿਆਹ ਸਾਰੇ ਮਾੜਾ ਕਹਿੰਦੇ ਜੋ ਕੁਛ ਖਾਣਾ ਵੇਖੀ ਜਾਂਦੇ ਇੰਨਾ ਗੁਜ਼ਾਰਾ ਗੁਰਬ ਚੱਲਿਆ, ਕੱਲ ਤੇ ਤੂੰ ਆਣਾ ਹਜੀਣਾ ਮਰਨਾ ਤੇਰੇ ਨਾਲ, ਤੇ ਅੱਜ ਆਪਣੇ ਆਏ ਤੇ ਪੈਨੂੰ ਛੱਡ ਚੱਲਿਆ, ਦੱਸਦਾ ਨੀ ਨਹੀਂ ਨਹੀਂ ਹੁਣ ਜੀਣਾ ਮਰਨਾ ਕਿਹਦੇ ਨਾਲ, ਕਿਹਦੇ ਨਾਲ ਦੱਸ, ਮੰਮੀ ਨਾ ਸਾਡੇ ਨਾਲ ਨੀ ਆਉਂਗਾ ਤੁਹਾਨੂੰ ਮਿਲਣ ਮਿਲਣ ਆਇਆ। ਸੋ ਪ੍ਰਸ਼ਾਸਨ ਅਧਿਕਾਰੀ ਵੀ ਪਹੁੰਚੇ ਨੇ ਜੀ ਆਸ਼ਰਮ ਦੇ ਵਿੱਚ, ਕਿਉਂਕਿ ਬੱਚੇ ਦੀ ਜਿਹੜੀ ਕੰਪਲੇਂਟ ਦਰਜ ਹੋਈ ਸੀ ਜਦੋਂ ਬੱਚਾ ਗੁੰਮ ਹੋਇਆ, ਸੋ ਪ੍ਰਸ਼ਾਸਨ ਵੀ ਪਹੁੰਚਿਆ ਆ ਤੇ ਅੱਜ ਜਿਹੜਾ ਬੱਚਾ ਜੀ ਉਹ ਪ੍ਰਸ਼ਾਸਨ ਨੂੰ ਜੋ ਵੀ ਸਾਡੀ ਜ਼ਿੰਮੇਵਾਰੀ ਬਣਦੀ ਜੀ ਸੌਂਪ ਦਿੱਤਾ ਗਿਆ ਆ। ਅੱਗੇ ਦੀ ਜ਼ਿੰਮੇਵਾਰੀ ਜਿਹੜੀ ਬਣਦੀ ਆ ਉਹ ਪਰਿਵਾਰ ਹੋ ਗਿਆ, ਪ੍ਰਸ਼ਾਸਨ ਹੋ ਗਿਆ। ਸੋ ਸਭ ਤੋਂ ਲਾਭ ਵੀਰੇ ਦੇ ਘਰੇ ਫੈਸਲਾ ਕੀਤਾ ਸੀ ਉਹ ਤਾਂ ਰੱਦ ਹੋ ਗਿਆ, ਕਿਉਂਕਿ ਜਦੋਂ ਪਰਿਵਾਰ ਮਿਲ ਗਿਆ ਪ੍ਰਸ਼ਾਸਨ ਵਿੱਚ ਆ ਗਿਆ ਤੇ ਉਹ ਫੈਸਲਾ ਰੱਦ ਹੋ ਗਿਆ। ਪਰ ਉਸ ਤੋਂ ਬਾਅਦ ਫਿਰ ਸਾਰੇ ਹੀ ਮੋਹਤਬਾਰ ਸੱਜਣ, ਇਹ ਜਿਹੜੀ ਮਾਂ ਹੈ, ਮਾਸੀ ਹੈ, ਮਾਸੜ ਹੈ, ਇਹ ਵੀਰ ਇਹਨਾਂ ਦੇ ਨਾਲ ਨੇ, ਬਹੁਤ ਸਤਿਕਾਰਯੋਗ ਨੇ। ਸੋ ਇਹਨਾਂ ਨੇ ਇਸ ਪਰਿਵਾਰ ਇਸ ਲਵ ਵੀਰ ਨੂੰ ਜਿਹੜਾ ਆ ਕਿ ਇੱਕ ਇਸ ਝੰਡੜ ਦੇ ਵਿੱਚੋਂ ਨਾ ਪੈ ਸਕੀਏ, ਨਿਕਲ ਸਕੀਏ, ਉਹਨੇ ਆਪਦੀ ਗਲਤੀ ਸਵੀਕਾਰ ਕੀਤੀ, ਇਹਨਾਂ ਨੇ ਉਹਨੂੰ ਮਾਫ਼ ਕੀਤਾ। ਮਿਹਨਤ ਵਜੋਂ 1,10,000 ਰੁਪਈਆ ਜਿਹੜਾ ਇਸ ਬੱਚੇ ਨੂੰ ਦਿੱਤਾ ਜਾ ਰਿਹਾ ਜੀ ਇਹਦੀ ਮਾਂ ਨੂੰ, ਤਾਂ ਕਿ ਬੱਚੇ ਦੀ ਵਧੀਆ ਜਿਹੜੀ ਇੱਕ ਪਰਵਰਿਸ਼ ਹੋ ਸਕੇ। ਆਹੋ ਜੀ ਆਲੇ ਆਲੇ ਓਏ ਆਲੇ ਆਪਣੀ ਮਿਹਨਤ ਜਿਹੜਾ ਤੂੰ ਗੋਹਾ ਸੁੱਟਿਆ, ਸੋ ਇਹ ਮਿਹਨਤ ਨਾ ਤਾਂ ਕਰਕੇ ਕਿਉਂਕਿ ਸਾਡਾ ਭਰਾ ਅਜਿਹੀ ਗਲਤੀ ਗਾਂ ਆਉਣ ਵਾਲੇ ਸਮੇਂ 'ਚ ਨਾ ਕਰੇ। ਇਹ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ, ਜਿਹਦੇ ਵਿੱਚ ਸਾਡਾ ਸਿਰਫ ਇੰਨਾ ਕੁ ਰੋਲ ਸੀ ਕਿ ਬੱਚੇ ਨੂੰ ਲਿਆਉਣਾ, ਇਸ ਇਨਸਾਨ ਨੂੰ ਇਹਦੀ ਗਲਤੀ ਸਵੀਕਾਰ ਕਰਾਉਣੀ ਅਤੇ ਬੱਚੇ ਨੂੰ ਬੱਚੇ ਦਾ ਪਰਿਵਾਰ ਮਿਲਾਉਣਾ। ਉਹ ਸਾਰੀ ਜਿਹੜੀ ਗੱਲਬਾਤ ਅਸੀਂ ਪਹਿਲਾਂ ਵੀ ਦੇਖੀ ਆ, ਅਤੇ ਇਹ ਪਿੰਡ ਦੇ ਇਹਨਾਂ ਦੇ ਪਵੰਤ ਸੱਜਣ ਨੇ, ਸਰਪੰਚ ਸਾਹਿਬ ਨੇ ਨਾਲ, ਅਤੇ ਅੱਜ ਤਰੀਕ 7 ਹੈ, ਅੱਜ 7 ਤਰੀਕ ਹੈ ਅਤੇ 9ਵਾਂ ਮਹੀਨਾ ਆ ਜੀ, ਅਤੇ 1,10,000 ਰੁਪਈਆ ਬੱਚੇ ਨੂੰ ਸੇਵਾ ਵਜੋਂ ਦਿੱਤਾ ਗਿਆ ਜੀ, ਇਹ ਬੱਚੇ ਦੇ ਹੱਥ 'ਤੇ ਧਰਿਆ ਗਿਆ ਆ। ਇਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਕਮ ਸੇ ਕਮ ਜ਼ਿਆਦਾ ਨਹੀਂ ਤੋਂ 1,00,000 ਕੀ ਬੱਚੇ ਕੇ ਨਾਮ 'ਤੇ FD ਕਰਾ ਦੇਣਾ, ਵਾਸਤਵ ਮੇਂ ਇਸਕੇ ਕਾਮ ਆਏਗੀ, ਇਹ ਜ਼ਰੂਰ ਆਪ ਕਾਮ ਕਰਨਾ। ਔਰ ਜਿਹੜਾ ਲਵ ਵੀਰੇ ਆਪਣੀ ਗਲਤੀ ਸਵੀਕਾਰ ਜੀ, ਹਾਂਜੀ। ਸੋ ਗਲਤੀਆਂ ਇਨਸਾਨ ਨੇ ਕਰਨੀਆਂ ਕਰਨੀਆਂ ਜੀ, ਜੇ ਗਲਤੀਆਂ ਇਨਸਾਨ ਨਾ ਕਰੂ ਫਿਰ ਤਾਂ ਰੱਬ ਬਣ ਗਿਆ, ਅਤੇ ਗਲਤੀਆਂ ਸਮਾਜ ਦੇ ਵਿੱਚ ਵਿਚਰਦਿਆਂ ਹੁੰਦੀਆਂ ਰਹਿਣੀਆਂ, ਇਹਦੇ ਵਿੱਚ ਸਾਡਾ ਕੋਈ ਵੀ ਲੈਣ ਦੇਣ ਨਹੀਂ ਆ ਜੀ, ਅਸੀਂ ਸਿਰਫ ਦੁਆਵਾਂ ਦੇ ਭਾਗੀ ਬਣੇ ਹਾਂ। ਬਾਕੀ ਇਹ ਪਰਿਵਾਰ ਆਸ਼ਰਮ ਦੇ ਵਿੱਚ ਕੋਈ ਸੇਵਾ ਨਿਭਾਉਂਦੇ ਆ ਆਪਦੀ ਸ਼ਰਧਾ ਅਨੁਸਾਰ, ਉਹ ਇਹਨਾਂ ਦੀ ਜ਼ਿੰਮੇਵਾਰੀ ਆ, ਨਿਭਾਉਂਦੇ ਜਾਂ ਨਹੀਂ ਨਿਭਾਉਂਦੇ ਉਹ ਇਹਨਾਂ ਦੇ ਸਿਰ 'ਤੇ ਆ ਜੀ, ਸਾਡੇ ਵੱਲੋਂ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ। ਆਪਣਾ ਕੀ ਨਾਮ ਬਾਈ ਸਾਹਿਬ? ਸੋਹਣ ਲਾਲ। ਸੋਹਣ ਲਾਲ ਜੀ, ਇਹ ਵੀਰ ਸੋਹਣ ਲਾਲ ਹੈ ਜੀ, ਜਿਹੜਾ ਬੱਚੇ ਦੀ ਮਦਦ ਵਾਸਤੇ ਇਸ ਪਰਿਵਾਰ ਦੇ ਨਾਲ ਹੈ, ਰਿਲੇਸ਼ਨ 'ਚ ਵੀ ਹੈ, ਅਤੇ ਸਾਰੇ ਸਾਡੇ ਟੀਮ ਮੈਂਬਰ ਵੀ ਨਾਲ ਨੇ, ਅਤੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਜੀ। ਸਾਰੀ ਵੀਡੀਓ ਤੁਸੀਂ ਦੇਖੀ ਸੰਗਤ ਜੀ, ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਇੱਕ ਮਾਂ ਨੂੰ ਉਹਦਾ ਵਿਛੜਿਆ ਪੁੱਤ ਮਿਲ ਗਿਆ 11 ਮਹੀਨਿਆਂ ਬਾਅਦ, ਇੱਕ ਪੁੱਤ ਨੂੰ ਮਾਂ ਮਿਲ ਗਈ, ਪੁੱਤ ਨੂੰ ਮਾਂ ਮਿਲ ਗਈ, ਜਿਹਨੇ ਰੱਖਿਆ ਸੀ, ਜਿਹਨੇ ਉਹ ਗੁਨਾਹ ਕੀਤਾ ਸੀ ਉਹਨੇ ਆਪਣੇ ਗੁਨਾਹ ਉਸ ਵਾਹਿਗੁਰੂ ਤੋਂ ਬਖਸ਼ਾਉਣੇ ਆ, ਪਰ ਉਸ ਬੱਚੇ ਦੀ ਜਿਹੜੀ ਮਿਹਨਤ ਬਣਦੀ ਸੀ ਉਹ ਦੇ ਦਿੱਤੀ। ਇਹਦੇ ਵਿੱਚ ਸਾਡਾ ਕੋਈ ਵੀ ਲੈਣ ਦੇਣ ਨਹੀਂ ਹੈਗਾ, ਸਾਡੀ ਸਿਰਫ ਡਿਊਟੀ ਲਾਈ ਸੀ ਅਕਾਲ ਪੁਰਖ ਨੇ, ਉਹ ਅਸੀਂ ਨਿਭਾਈ ਆ ਜੀ ਵਾਹਿਗੁਰੂ ਦੀ ਕਿਰਪਾ ਸਦਕਾ। ਇਸ ਕੇਸ ਦੇ ਵਿੱਚ ਕਾਰਵਾਈ ਤਾਂ 100% ਹੈਗੀ ਸੀ, ਪਰ ਇੱਕ ਮਾਂ ਕਹਿੰਦੀ ਕਿ ਨਹੀਂ ਮੇਰਾ ਮੈਨੂੰ ਪੁੱਤ ਮਿਲ ਗਿਆ, ਇਸ ਤੋਂ ਉੱਪਰ ਕੁਛ ਨਹੀਂ ਹੈਗਾ। ਪਰ ਜ਼ਰੂਰੀ ਸੀ ਕਿ ਉਸ ਗੁਨਾਹਗਾਰ ਨੂੰ
ਉਸ ਜਿਹਨੇ ਉਹ ਅਪਰਾਧ ਕੀਤਾ ਉਹਨੂੰ ਕੋਈ ਨਾ ਕੋਈ ਸਜ਼ਾ ਤਾਂ ਚਾਹੀਦੀ ਸੀ, ਤਾਂ ਉਹਨੇ ਜਿਹੜੀ ਸਜ਼ਾ ਉਹਨੂੰ ਲਾਈ ਗਈ ਸੀ ਸਾਡੇ ਵੱਲੋਂ ਲਾ ਲਓ ਜਾਂ ਪਰਿਵਾਰ ਵੱਲੋਂ ਲਾ ਲਓ, ਉਹਨੇ ਸਜ਼ਾ ਜਿਹੜੀ ਆ ਜੀ ਬਣਦੀ ਨਿਭਾਈ। 1,10,000 ਰੁਪਈਆ ਜਿਹੜਾ ਆ ਉਹ ਮਿਹਨਤ ਵਜੋਂ ਦੇਣਾ ਪਿਆ, 5,000 ਰੁਪਈਆ ਜਿਹੜਾ ਸਰਪੰਚ ਸਾਹਿਬ ਨੇ ਮੰਨਿਆ ਸੀ ਉਹ ਦਿੱਤਾ। ਬਾਕੀ ਇਹਦੇ ਵਿੱਚ ਮੈਂ ਫਿਰ ਕਹਾਂ ਕਿ ਅਸੀਂ ਸਿਰਫ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇਹੋ ਜਿਹੇ ਬੱਚਿਆਂ ਨੂੰ ਜਾਂ ਦਿਮਾਗੀ ਤੌਰ 'ਤੇ ਬਿਮਾਰ ਬੰਦਿਆਂ ਨੂੰ ਰੱਖਣ ਦੀ ਕਾਰਵਾਈ ਹੁੰਦੀ ਹੈ, ਜ਼ਰੂਰ ਹੁੰਦੀ ਹੈ, ਪਰ ਅਜੇ ਅਸੀਂ ਉਸ ਪਾਸੇ ਨਹੀਂ ਜਾ ਰਹੇ ਕਿਉਂਕਿ ਸਾਡੀ ਆਤਮਾ ਸਾਡਾ ਦਿਲ ਇੱਦਾਂ ਦਾ ਹੋ ਚੁੱਕਿਆ ਕਿ ਜਿਹੜਾ ਬੰਦਾ ਅਪਰਾਧੀ ਹੁੰਦਾ ਗੁਨਾਹਗਾਰ ਹੁੰਦਾ ਸਾਨੂੰ ਉਹਦੇ 'ਤੇ ਵੀ ਤਰਸ ਆਉਂਦਾ, ਮੌਕੇ 'ਤੇ ਜ਼ਰੂਰ ਸਾਨੂੰ ਉਹਦੇ 'ਤੇ ਗੁੱਸਾ ਆਉਂਦਾ ਜਦੋਂ ਅਸੀਂ ਕਿਸੇ ਨੂੰ ਛਡਾਉਂਦੇ ਹਾਂ, ਪਰ ਉਸ ਤੋਂ ਬਾਅਦ ਜਦੋਂ ਥੋੜ੍ਹਾ ਸਮਾਂ ਬੀਤਦਾ ਸਾਨੂੰ ਕਿਤੇ ਨਾ ਕਿਤੇ ਤਰਸ ਆਉਣ ਲੱਗ ਜਾਂਦਾ ਇਹ ਸਾਡੀ ਆਤਮਾ ਸਾਡਾ ਦਿਲ ਹੀ ਪਰਮਾਤਮਾ ਨੇ ਇੱਦਾਂ ਦਾ ਕਰਤਾ, ਕਿਉਂਕਿ ਜਦੋਂ ਅਸੀਂ ਸੇਵਾ ਦਾ ਕਾਰਜ ਲੈ ਕੇ ਚੱਲ ਰਹੇ ਹਾਂ ਨਾ ਤਾਂ ਸਾਡਾ ਕਿਸੇ ਨਾਲ ਵੈਰ ਵਿਰੋਧ ਜਾਂ ਕਿਸੇ ਦੇ ਪ੍ਰਤੀ ਕੋਈ ਵੀ ਈਰਖਾ ਸਾਡੀ ਖਤਮ ਹੋ ਚੁੱਕੀ ਹੈ। ਇਹ ਵਾਹਿਗੁਰੂ ਦੀ ਕਿਰਪਾ ਹੈ ਜੀ, ਬਾਕੀ ਸਾਡੇ ਨੂੰ ਸਾਨੂੰ ਬਾਕੀ ਅਸੀਂ ਕਿਸੇ ਨੂੰ ਵੀ ਦੁੱਖ ਦੇ ਵਿੱਚ ਨਹੀਂ ਦੇਖ ਸਕਦੇ ਜੀ, ਇਸ ਕਰਕੇ ਇਸ ਮਸਲੇ ਨੂੰ ਇੱਥੇ ਹੀ ਸੁਲਝਾ ਦਿੱਤਾ ਗਿਆ। ਬਾਕੀ ਲੋਕ ਜਾਗਰੂਕ ਹੋਣ, ਸਾਡੀ ਜਿਹੜੀ ਡਿਊਟੀ ਲਾਈ ਸੀ ਅਕਾਲ ਪੁਰਖ ਨੇ ਉਹ ਅਸੀਂ ਨਿਭਾਈ ਹੈ ਜੀ। ਆਸ਼ਰਮ ਦੇ ਵਿੱਚ ਸਾਨੂੰ ਰਾਸ਼ਨ ਦੀ ਲੋੜ ਪੈਂਦੀ ਹੈ ਜੀ, ਹਮੇਸ਼ਾ ਚੀਜ਼ਾਂ ਦੀ ਲੋੜ ਪੈਂਦੀ ਹੈ। ਜਿਹੜੇ ਵੀਰ ਸਾਲ 'ਚ 2 ਵਾਰ ਸੇਵਾ ਜਾਂ 1 ਵਾਰ ਨਿਭਾਉਣੇ ਚਾਹੁੰਦੇ ਆ, ਜਿਹੜੇ ਭੈਣ ਭਾਈ ਹਰ ਮਹੀਨੇ ਸੇਵਾ ਨਿਭਾਉਣੀ ਚਾਹੁੰਦੇ ਆ, ਉਹ ਆਪਦਾ ਦਸਵੰਧ ਇੱਥੇ ਲਾ ਸਕਦੇ, ਦਸਵੰਧ ਵਿਰਥਿਆ ਨਹੀਂ ਜਾਊਗਾ, ਇਹ ਗਰੰਟੀ ਦਿੰਦੇ ਹਾਂ ਜੀ ਅਕਾਲ ਪੁਰਖ ਦੀ ਕਿਰਪਾ ਸਦਕਾ। ਅਸੀਂ ਸਾਡੇ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ 62-84-97-24-65, ਜਦੋਂ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਤੁਸੀਂ ਮੈਸੇਜ ਕਰੋ, ਅਸੀਂ ਤੁਹਾਡਾ ਸੇਵ ਕਰਕੇ ਰੱਖਾਂਗੇ, ਜਦੋਂ ਸਾਨੂੰ ਕਿਸੇ ਚੀਜ਼ ਦੀ ਲੋੜ ਹੋਊਗੀ ਤੁਹਾਨੂੰ ਮੈਸੇਜ ਕੱਢ ਦਿੱਤਾ ਜਾਊਗਾ, ਉਹ ਚੀਜ਼ ਤੁਸੀਂ ਇੱਥੇ ਪਹੁੰਚਦੀ ਕਰ ਦਿਓ ਜੀ। ਪੈਸੇ ਦੀ ਕੋਈ ਸਾਡੀ ਦੌੜ ਨਹੀਂ, ਪੈਸਾ ਸਾਡੀ ਜ਼ਰੂਰਤ ਹੈ ਨਾ ਕਿ ਭੁੱਖ, ਅਤੇ ਜ਼ਰੂਰਤਾਂ ਸਾਡੀਆਂ ਤੁਸੀਂ ਪੂਰੀਆਂ ਕਰਨੀਆਂ। 13 ਆਸਰਾ ਸੁਸਾਇਟੀ ਪਿੰਡ ਵੱਲਾ ਖਾਬਾਂ ਦੀ ਨਗਰੀ, ਤਾਂ ਸਾਡੀ ਪੂਰੀ ਹੀ ਟੀਮ ਚੜ੍ਹਦੀ ਕਲਾ 'ਚ ਰਵੇ, ਜਿਹੜੇ ਕਮੈਂਟ ਕਰਦੇ ਨੇ, ਵੀਡੀਓ ਸ਼ੇਅਰ ਕਰਦੇ ਨੇ, ਜਿਹੜੇ ਰਾਸ਼ਨ ਜਾਂ ਕੈਸ਼ ਦੇ ਵਿੱਚ ਸਾਥ ਨਿਭਾਉਂਦੇ ਨੇ, ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ। ਅਸੀਂ ਆਪਦੀ ਸੋਚ ਲੈ ਕੇ ਚੱਲੇ ਹਾਂ ਜੀ, ਤਾਂ ਸਾਡੀ ਸੋਚ ਦਾ ਜਿਹੜਾ ਅਦਾਰਾ ਵੱਡਾ ਹੁੰਦਾ ਜਾ ਰਿਹਾ, ਇੱਕ ਕਾਫਲਾ ਬਣਦਾ ਜਾ ਰਿਹਾ ਜੀ। ਬਾਕੀ ਤਨ ਮਨ ਦੇਹੀ ਨਾਲ ਸੇਵਾ ਨਿਭਾਉਂਦੇ ਰਹੀਏ, ਇਮਾਨਦਾਰੀ ਨਾਲ ਸੇਵਾ ਨਿਭਾਉਂਦੇ ਰਹੀਏ, ਬਾਬਾ ਨਾਨਕ ਇੰਨੀ ਕੁ ਕਿਰਪਾ ਬਣਾਈ ਰੱਖੇ, ਭੁੱਲਾਂ ਚੁੱਕਾਂ ਦੀ ਖਿਮਾ ਚਾਹੁੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।